ਨਮਸਕਾਰ, ਸੱਚ ਕਹੂੰ ਪੰਜਾਬੀ ਨਿਊਜ਼ ਬੁਲੇਟਿਨ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਨਜ਼ਰ ਪਾਉਂਦੇ ਦੇਸ਼ ਦੁਨੀਆ ਦੀ ਟੌਪ 10 ਖਬਰਾਂ 'ਤੇ। ਪਤੰਜਲੀ ਭ੍ਰਾਮਕ ਵਿਗਿਆਪਨ ਕੇਸ ਦੇ ਵਿੱਚ ਮੁੜ ਤੋਂ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ। ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਦੇ ਸਾਹਮਣੇ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਤੀਜੀ ਵਾਰ ਹੋਏ ਪੇਸ਼। ਬਾਬਾ ਰਾਮਦੇਵ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਅਸੀਂ ਕੋਰਟ ਤੋਂ ਮੁੜ ਤੋਂ ਮਾਫ਼ੀ ਮੰਗਦੇ ਹਾਂ, ਸਾਨੂੰ ਪਛਤਾਵਾ ਹੈ, ਅਸੀਂ ਜਨਤਾ ਦੇ ਵਿੱਚ ਵੀ ਮਾਫ਼ੀ ਮੰਗਣ ਲਈ ਤਿਆਰ ਹਾਂ। ਕਸ਼ਮੀਰ ਦੇ ਸ਼੍ਰੀਨਗਰ ਦੇ ਝੇਲਮ ਨਹਿਰ ਦੇ ਵਿੱਚ ਪਲਟੀ ਕਿਸ਼ਤੀ। ਸ਼੍ਰੀਨਗਰ ਦੇ ਜ਼ਿਲ੍ਹਾ ਕਲੈਕਟਰ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਕਿਸ਼ਤੀ ਵਿੱਚ ਸਵਾਰ ਸਨ 15 ਲੋਕ। ਹਾਦਸੇ ਵਿੱਚ 2 ਬੱਚਿਆਂ ਸਣੇ 6 ਲੋਕਾਂ ਦੀ ਹੋ ਚੁੱਕੀ ਹੈ ਮੌਤ, ਜਦਕਿ 6 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ, ਉੱਥੇ 3 ਲੋਕ ਅਜੇ ਵੀ ਦੱਸੇ ਜਾ ਰਹੇ ਹਨ ਲਾਪਤਾ। ਦੱਸਦੀ ਕਿ ਬਰਸਾਤ ਦੀ ਵਜ੍ਹਾ ਨਾਲ ਨਹਿਰ ਦਾ ਪਾਣੀ ਵੱਧ ਗਿਆ ਸੀ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਪੀਐਮ ਨਰਿੰਦਰ ਮੋਦੀ ਪਹੁੰਚੇ ਬਿਹਾਰ। ਮੋਦੀ ਨੇ ਇੱਥੇ ਜਨਸਭਾ ਨੂੰ ਕੀਤਾ ਸੰਬੋਧਿਤ। ਇਸ ਦਰਮਿਆਨ ਉਹਨਾਂ ਨੇ ਸੰਵਿਧਾਨ, ਭ੍ਰਿਸ਼ਟਾਚਾਰ, ਰਾਮ ਮੰਦਿਰ ਅਤੇ ਅੱਤਵਾਦ ਦੇ ਇੰਡੀਆ ਗੱਠਜੋੜ ਨੂੰ ਘੇਰਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਘਮੰਡੀਆ ਗਠਬੰਧਨ ਦੇ ਲੋਕ ਸਨਾਤਨ ਨੂੰ ਮਿਟਾਉਣ ਵਿੱਚ ਲੱਗੇ ਹੋਏ ਹਨ, ਇੰਨਾ ਹੀ ਨਹੀਂ ਅਸੀਂ ਭ੍ਰਿਸ਼ਟਾਚਾਰ ਨੂੰ ਮਿਟਾਉਣ ਵਿੱਚ ਲੱਗੇ ਹਾਂ ਅਤੇ ਉਹ ਬਚਾਉਣ ਦੇ ਕਰ ਰਹੇ ਨੇ ਪ੍ਰਯਾਸ। ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ 2 ਆਰੋਪੀਆਂ ਨੂੰ ਮੁੰਬਈ ਦੇ ਕਿਲ੍ਹਾ ਕੋਰਟ ਨੇ 10 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜਿਆ। ਦੋਨੋਂ ਆਰੋਪੀਆਂ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੇਰ ਰਾਤ ਗੁਜਰਾਤ ਦੇ ਭੁੱਜ ਤੋਂ ਕੀਤਾ ਸੀ ਗ੍ਰਿਫਤਾਰ। ਪੁਲਿਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਆਰੋਪੀਆਂ ਦੀ ਪਹਿਚਾਣ ਵਿੱਕੀ ਗੁਪਤਾ ਅਤੇ ਸਾਗਰਪਾਲ ਦੇ ਰੂਪ ਵਿੱਚ ਹੋਈ ਹੈ, ਜੋ ਬਿਹਾਰ ਦੇ ਰਹਿਣ ਵਾਲੇ ਹਨ। ਇਹਨਾਂ ਨੇ ਸਲਮਾਨ ਖਾਨ ਦੇ ਘਰ ਦੀ 3 ਦਿਨ ਦੀ ਰੈਕੀ ਕੀਤੀ ਸੀ। ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੇਗਾ ਗਰਮੀ ਦਾ ਅਸਰ। ਮੌਸਮ ਵਿਭਾਗ ਨੇ ਦੱਸਿਆ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਅੱਜ ਤੋਂ 3 ਦਿਨ ਤੱਕ ਤੇਜ਼ ਪਵੇਗੀ ਗਰਮੀ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਕਿ ਅਰੁਣਾਚਲ ਪ੍ਰਦੇਸ਼, ਅਸਮ ਅਤੇ ਮੇਘਾਲਿਆ ਦੇ ਵਿੱਚ 4 ਦਿਨ ਤੱਕ ਹੋਏਗੀ ਬਰਸਾਤ। ਉੱਥੇ ਓਡੀਸ਼ਾ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਵਿੱਚ ਹੀਟ ਵੇਵ ਦਾ ਅਲਰਟ ਮੌਸਮਮਾਰਾਂ ਨੇ ਕੀਤਾ ਜਾਰੀ। ਲੋਕ ਸਭਾ ਚੋਣਾਂ ਦੇ ਲਈ ਬੀਜੇਪੀ ਨੇ ਉਮੀਦਵਾਰਾਂ ਦੀ 12ਵੀਂ ਸੂਚੀ ਕੀਤੀ ਜਾਰੀ। ਇਸ ਵਿੱਚ ਮਹਾਰਾਸ਼ਟਰ, ਪੰਜਾਬ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੇ 7 ਕੈਂਡੀਡੇਟਾਂ ਦਾ ਨਾਮ ਹਨ ਸ਼ਾਮਿਲ। ਇਸ ਤੋਂ ਇਲਾਵਾ ਬੀਜੇਪੀ ਨੇ ਓਡੀਸ਼ਾ ਵਿਧਾਨ ਸਭਾ ਦੇ ਲਈ 21, ਤੇਲੰਗਾਨਾ ਵਿੱਚ 1 ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਲਈ 4 ਉਮੀਦਵਾਰਾਂ ਦਾ ਕੀਤਾ ਐਲਾਨ। ਕਾਂਗਰਸ ਆਗੂ ਰਾਹੁਲ ਗਾਂਧੀ 4 ਦਿਨ ਦੇ ਕੇਰਲ ਦੌਰੇ ਤੇ, ਦੂਜੇ ਦਿਨ ਉਹਨਾਂ ਨੇ ਕੋਜੀਕੋਡ ਦੇ ਵਿੱਚ ਕੀਤਾ ਰੋਡ ਸ਼ੋਅ। ਦਰਮਿਆਨ ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਾਧੇ ਨਿਸ਼ਾਨੇ, ਬੋਲੇ ਭਾਰਤ ਦੇ 5 ਅਤੇ 6 ਵੱਡੇ ਬਿਜ਼ਨਸਮੈਨਾਂ ਦੀ ਕਠਪੁਤਲੀ ਬਣ ਚੁੱਕੇ ਨੇ ਦੇਸ਼ ਦੇ ਪ੍ਰਧਾਨ ਮੰਤਰੀ। ਮੋਦੀ ਨੂੰ ਨਹੀਂ ਚਲਾਉਣਾ ਆ ਰਿਹਾ ਦੇਸ਼, ਜਨਤਾ ਨੂੰ ਅਸਲੀ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਪੰਜਾਬ ਸਰਕਾਰ ਤਰਫੋਂ ਰਾਮਨਵਮੀ ਦੇ ਚਲਦੇ ਕੱਲ੍ਹ ਯਾਨੀ ਬੁੱਧਵਾਰ ਨੂੰ ਰਹੇਗੀ ਛੁੱਟੀ। ਇਸ ਦਰਮਿਆਨ ਸਰਕਾਰੀ ਸੰਸਥਾਨ, ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣ ਦੇ ਸਰਕਾਰ ਨੇ ਦਿੱਤੇ ਆਦੇਸ਼। ਸਰਕਾਰ ਦਾ ਕਹਿਣਾ ਕਿ ਇਸ ਦੌਰਾਨ ਕਿਸੇ ਸਕੂਲ ਕਾਲਜ ਨੇ ਤੋੜੇ ਨਿਯਮ ਤਾਂ ਉਹਨਾਂ 'ਤੇ ਹੋਏਗੀ ਸਖ਼ਤ ਕਾਰਵਾਈ।
ਪੰਜਾਬ ਦੀਆਂ 10 ਲੋਕ ਸਭਾ ਸੀਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤੀਜੀ ਅਤੇ ਆਖਰੀ ਲਿਸਟ ਹੋਈ ਜਾ ਰਹੀ, ਜਿਸ ਵਿੱਚ 4 ਉਮੀਦਵਾਰਾਂ ਦਾ ਕੀਤਾ ਗਿਆ ਐਲਾਨ। ਇਸ ਵਿੱਚ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪੱਪੀ, ਫਿਰੋਜ਼ਪੁਰ ਤੋਂ ਵਿਧਾਇਕ ਜਗਦੀਪ ਸਿੰਘ, ਗੁਰਦਾਸਪੁਰ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਅਤੇ ਜਲੰਧਰ ਤੋਂ ਪਵਨ ਟੀਨੂ ਨੂੰ ਦਿੱਤਾ ਗਿਆ ਟਿਕਟ। ਹਰਿਆਣਾ ਦੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਕੈਂਡੀਡੇਟ ਨਾਇਬ ਸਿੰਘ ਸੈਣੀ ਕਰਨਾਲ ਦੀ ਨਿਰਮਲ ਕੁਟੀਆ ਪਹੁੰਚੇ, ਜਿੱਥੇ ਉਹਨਾਂ ਨੇ ਗੁਰਦੁਆਰਾ ਵਿੱਚ ਮੱਥਾ ਟੇਕਿਆ ਅਤੇ ਲੰਗਰ ਦੇ ਵਿੱਚ ਸੇਵਾ ਕੀਤੀ। ਇਸ ਮੌਕੇ ਪੱਤਰਕਾਰਾਂ ਦੁਆਰਾ ਕਾਂਗਰਸ ਦਾ ਕੋਈ ਵੀ ਪ੍ਰਤਾਸ਼ੀ ਮੈਦਾਨ ਵਿੱਚ ਨਾ ਆਉਣ ਦੇ ਸਵਾਲ ਤੇ ਨਾਇਬ ਸੈਣੀ ਨੇ ਆਖਿਆ ਕਿ ਕਾਂਗਰਸ ਅਜੇ ਵੀ ਮੰਥਨ ਕਰ ਰਹੀ ਹੈ ਕਿ ਕਿਹੜੇ ਕੈਂਡੀਡੇਟ ਨੂੰ ਮੈਦਾਨ ਵਿੱਚ ਉਤਾਰਨਾ ਹੈ। ਸਾਰੀ ਪਾਰਟੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਕੰਮ ਕਰਦੀਆਂ ਹਨ, ਮੰਥਨ ਦੇ ਆਧਾਰ ਤੇ ਹੀ ਉਹ ਆਪਣੀ ਲਿਸਟ ਜਾਰੀ ਕਰਨਗੇ। ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ। ਜ਼ਿਆਦਾ ਖਬਰਾਂ ਵੇਖਣ ਲਈ ਯੂਟਿਊਬ 'ਤੇ ਟਾਈਪ ਕਰੋ ਸੱਚ ਕਹੋ ਪੰਜਾਬੀ ਚੈਨਲ।